ਹਾਂਜੀ ਰੈਸਟ ਕਰ ਦਿੰਦੇ? ਹਾਂ ਬਸ ਹੁਣੇ ਲੇਟਿਆ ਸੀਗਾ ਮੈਂ। ਅੱਛਾ ਅੱਛਾ ਹੋਰ? ਹਾਂ ਨਿਕਾ ਮੈਂ ਤਾਂ ਠੀਕ ਹੈ, ਤੂੰ ਸੁਣਾ। ਮੈਂ ਕਿਹਾ ਜਿਹਨੂੰ ਨਹੀਂ ਵੀ ਪਤਾ ਲੱਗਣਾ ਉਹਨੂੰ ਵੀ ਪਤਾ ਲੱਗ ਗਿਆ ਨਾ, ਤੂੰ ਪੇਕਿਆਂ ਤੋਂ ਆਈ ਹੈ, ਇੰਨੇ ਲਿਫਾਫੇ ਲੈ ਕੇ ਆਈ ਹੈ। ਇਹੀ ਤਾਂ ਪੇਕੇ ਹੁੰਦੇ ਆ, ਇੱਕ ਲਿਫਾਫਾ ਲੈ ਕੇ ਜਾਓ ਚਾਰ ਲੈ ਕੇ ਆਉਂਦੀਆਂ ਕੁੜੀਆਂ। ਲੈ ਤਾਂ ਦੇ ਤਾਂ ਸੀ ਕਿ ਤਾਂ ਨੂਰ ਚੜਿਆ ਹੋਇਆ, ਬੜੀ ਖੁਸ਼ ਆ ਅੱਜ ਤਾਂ। ਦੱਸ ਤਾਂ ਖੁਸ਼ੀ ਤਾਂ ਹੋਣੀ ਆ, ਮੈਂ ਗਈ ਸੀ ਮੰਮੀ ਵੱਲ ਰਹਿਣ ਤੇ ਮੰਮੀ ਕਹਿੰਦੇ ਹੁਣ ਤੂੰ ਆਈ ਆ ਤੇ ਲੋਹੜੀ ਵੀ ਆਉਂਦੀ ਪਈ ਆ, ਤੂੰ ਲੋਹੜੀ ਲੈ ਕੇ ਜਾ, ਫੇਰ ਕਿੱਥੇ ਅਸੀਂ ਦੁਬਾਰਾ ਆਵਾਂਗੇ। ਤਾਂ ਕਰਕੇ ਉਹਨਾਂ ਨੇ ਮੈਨੂੰ ਲੋਹੜੀ ਦੇਤੀ ਤੇ ਉਧਰੋਂ ਮੇਰੇ ਤਾਇਆ ਜੀ ਦਾ ਫੋਨ ਆ ਗਿਆ ਕਿ ਅਸੀਂ ਤੇਰੇ ਘਰੇ ਆਣਾ। ਮੈਂ ਉਹਨਾਂ ਨੂੰ ਕਿਹਾ ਮੈਂ ਤਾਂ ਮੰਮੀ ਵੱਲ ਹੀ ਆਈ ਹੋਈ ਆ, ਉਹ ਕਹਿੰਦੇ ਚੱਲ ਨਾਲ ਤੈਨੂੰ ਮਿਲ ਜਾਂਦੇ ਆ ਨਾਲੇ ਲੋਹੜੀ ਦੇ ਜਾਂਦੇ ਆ, ਤੇ ਉਹ ਵੀ ਉਧਰ ਹੀ ਆ ਗਏ ਸੀ, ਨਾਲੇ ਮੈਨੂੰ ਮਿਲ ਗਏ ਨਾਲੇ ਮੈਨੂੰ ਲੋਹੜੀ ਦਾ ਸਮਾਨ ਦੇ ਗਏ। ਦੇਖੋ ਕਿੰਨਾ ਕੁਛ ਦਿੱਤਾ, ਕੱਪੜੇ ਵੀ ਦਿੱਤੇ ਆ ਬੱਚਿਆਂ ਦੇ ਕੱਪੜੇ, ਬਾਕੀ ਰਿਓੜੀਆਂ ਗੱਚਕ ਮੂੰਗਫਲੀ ਪੈਸੇ ਦੇਖ ਲਓ ਕਿੰਨਾ ਖਰਚਾ ਕਰਤਾ ਸਾਰਿਆਂ ਨੇ। ਅੱਛਾ ਕੱਪੜੇ ਵੀ ਦਿੱਤੇ ਆ, ਤੂੰ ਰਹਿ ਦਿੰਦੀ ਲਿਆਉਣ ਨੂੰ, ਐਵੇਂ ਇੰਨਾ ਖਰਚਾ ਕਰਾਇਆ ਉਹਨਾਂ ਦਾ। ਮੈਂ ਤਾਂ ਉਹਨਾਂ ਨੂੰ ਕਿੰਨਾ ਮਨਾ ਕੀਤਾ ਸੀ ਕਿ ਰਹਿਣ ਦੋ ਤੁਸੀਂ ਐਵੇਂ ਕੱਪੜੇ ਦੇਣ ਨੂੰ, ਉਹ ਕਹਿੰਦੇ ਨਹੀਂ ਨਹੀਂ ਪ੍ਰਥਮ ਦੀ ਪਹਿਲੀ ਲੋੜੀ ਆ, ਕੱਪੜੇ ਤਾਂ ਬੰਦੇ ਹੀ ਆ, ਫਿਰ ਤਾਂ ਕਰਕੇ ਉਹਨਾਂ ਨੇ ਮੈਨੂੰ ਕੱਪੜੇ ਦੇਤੇ। ਤੂੰ ਤਾਂ ਫਿਰ ਬਾਲਾ ਹੀ ਖਰਚਾ ਕਰਾਈ ਉਹਨਾਂ ਦਾ। ਹੋਰ ਯਾਰ ਮੈਂ ਤਾਂ ਆਪ ਇਹੀ ਕਹਿੰਦੀ ਪਈ ਸੀ ਕਿ ਕਿੰਨਾ ਖਰਚਾ ਹੋ ਜਾਂਦਾ ਮਾਂ ਪਿਓ ਦਾ, ਮੈਂ ਉਹਨਾਂ ਨੂੰ ਬਹੁਤ ਕਿਹਾ ਪਰ ਉਹ ਕਹਿੰਦੇ ਕੋਈ ਗੱਲ ਨੀ ਧੀਆਂ ਦੇ ਦਿੱਤਾ ਘਟਦਾ ਨੀ ਹੈਗਾ ਵੱਧਦਾ ਹੀ ਆ। ਅੱਛਾ ਇਹ ਵੀ ਅਨਿਕਾ ਕਿੱਦਾਂ ਰਿਵਾਜ ਹੈ, ਮਾਂ ਪੇ ਸਾਰੀ ਉਮਰ ਧੀਆਂ ਨੂੰ ਦਿੰਦੇ ਹੀ ਰਹਿੰਦੇ ਆ। ਸਹੀ ਗੱਲ ਆ। ਚੱਲ ਹੁਣ ਏਦਾਂ ਕਰ ਰਜਾਈ ਚ ਵੜ ਜਾ, ਇੰਨੀ ਠੰਡ ਹੈ, ਨਾਲੇ ਚਾਹ ਚੂ ਬਣਾਵਾ। ਨਹੀਂ ਚਾਹ ਰਹਿਣ ਦੋ, ਚਾਹ ਨੀ ਪੀਣੀ ਮੈਂ। ਮੰਮਾ ਸੁੱਤੇ ਪਏ ਆ? ਹਾਂ ਅਨਿਕਾ ਹੁਣ ਹੀ ਪਏ ਆ, ਕੰਮ ਕੁੰਮ ਕਰਕੇ ਵਿਹਲੇ ਹੋਏ ਸੀਗੇ, ਮੈਂ ਕਿਹਾ ਥੋੜੀ ਦੇਰ ਪੈ ਜਾਓ। ਤਾਂ ਹੀ ਮੈਂ ਫਿਰ ਉਧਰ ਗਈ ਨੀ ਹੈਗੀ, ਮੈਂ ਕਿਹਾ ਲੱਭਦਾ ਲੰਮੇ ਪਏ ਆ ਕੀ ਉਠਾਣਾ। ਚੱਲ ਇੱਕ ਕੰਮ ਤਾਂ ਵਧੀਆ ਹੋ ਗਿਆ, ਤੂੰ ਟਾਈਮ ਸਿਰ ਹੀ ਆ ਗਈ। ਕਿਉਂ? ਵਾਨਿਕਾ ਆਪਾਂ ਦੀਦੀ ਵੱਲ ਵੀ ਜਾਣਾ ਹੈ ਲੋਹੜੀ ਦੇਣ, ਤੇਰੇ ਆਉਣ ਤੋਂ ਪਹਿਲਾਂ ਮੈਂ ਤੇ ਮੰਮੀ ਇਹੀ ਗੱਲ ਕਰਦੇ ਪਏ ਸੀਗੇ ਕਿ ਉੱਧਰ ਵੀ ਲੋਹੜੀ ਦੇਣ ਜਾਣਾ ਹੈ ਭੈਣ ਨੂੰ। ਫਿਰ ਕਦੋਂ ਜਾਣਾ ਤੁਸੀਂ ਲੋਹੜੀ ਦੇਣ ਵਾਸਤੇ? ਉਹ ਤੁਸੀਂ ਨਹੀਂ ਆਪਾਂ ਦੋਹਾਂ ਨੇ ਜਾਣਾ ਹੈ, ਮੰਮੀ ਕਹਿੰਦੇ ਮੇਰੀ ਸਿਹਤ ਠੀਕ ਨਹੀਂ ਹੈਗੀ, ਗੋਡੇ ਬਹੁਤ ਦੁਖਦੇ ਪਏ ਉਹਨਾਂ ਦੇ, ਕਹਿੰਦੇ ਬੱਚੇ ਮੈਂ ਸਾਂਭ ਲੂੰਗੀ ਤੇ ਤੁਸੀਂ ਦੋਨੋਂ ਜਾ ਕੇ ਦੇ ਆਈਓ ਲੋਹੜੀ ਭੈਣ ਨੂੰ। ਚਲੋ ਠੀਕ ਹੈ, ਕੋਈ ਨਾ ਜਾ ਆਵਾਂਗੇ ਆਪਾਂ ਦੋਨੇ। ਅਨਿਕਾ ਏਦਾਂ ਕਰਦੇ ਆ, ਪਹਿਲਾਂ ਬਾਜ਼ਾਰ ਦਾ ਕੰਮ ਨਿਬੇੜੇ ਆਈਏ, ਭੈਣ ਦਾ ਸੂਟ ਲੈਣਾ, ਜੀਜਾ ਜੀ ਦਾ ਸੂਟ ਲੈਣਾ, ਉਹਦੇ ਸੱਸ ਉਹਨਾਂ ਦਾ ਲੈਣਾ, ਬੱਚਿਆਂ ਦਾ ਵੀ ਸੂਟ ਲੈਣਾ, ਗੱਚਕ ਰੇੜੀਆਂ ਹੋਲ ਐਟਰਮ ਸ਼ੈਟਰ ਮੈਡਮ ਜਿਹੜੀਆਂ ਹੁੰਦੀਆਂ ਸਾਰੀਆਂ ਲੈ ਕੇ ਆਉਣੀ ਆ, ਨਾਲੇ ਬੱਚਿਆਂ ਵਾਲੇ ਖਿਡੌਣੇ ਵੀ ਲੈ ਆਵਾਂਗੇ। ਦੇਖ ਲਓ ਹੋਰ ਕੋਈ ਸਮਾਨ ਤਾਂ ਨਹੀਂ ਰਹਿ ਗਿਆ, ਮੈਨੂੰ ਤਾਂ ਇਹ ਸਮਾਨ ਘੱਟ ਹੀ ਲੱਗਦਾ ਪਿਆ। ਨਾ ਤੈਨੂੰ ਕੀ ਹੋ ਗਿਆ, ਬੜੀ ਖਿੱਚ ਗਈ? ਗੁੱਸੇ ਨਾ ਹੋਵਾਂ ਤਾਂ ਹੋਰ ਕੀ ਹੋਵਾਂ, ਇੰਨਾ ਸਮਾਨ ਲੈ ਕੇ ਜਾਣਾ ਤੁਸੀਂ, ਖਰਚਾ ਪਤਾ ਕਿੰਨਾ ਆਣਾ ਵਾ। ਅਨਿਕਾ ਹਰੇਕ ਧੀ ਨੂੰ ਨਾ ਆਸ ਹੁੰਦੀ ਹੈ ਆਪਣੇ ਪੇਕਿਆਂ ਤੋਂ, ਹਲੇ ਤਾਂ ਮਾਂ ਪਿਓ ਹੈਗੇ ਆ ਉਹ ਕਰੀ ਜਾਂਦੇ ਆ, ਬਾਅਦ ਵਿੱਚ ਤਾਂ ਮੈਂ ਹੀ ਦੇਖਣਾ ਭੈਣ ਨੂੰ। ਮੈਂ ਮਨਾ ਨਹੀਂ ਕਰਦੀ ਹੈਗੀ ਉਹਨੂੰ ਤਿਉਹਾਰ ਦੇਣ ਨੂੰ, ਮੈਂ ਕਹਿੰਦੀ ਹਾਂ ਕਿ ਜੋ ਵੀ ਦੇਣਾ ਨਾ ਉਹਨੂੰ ਲਿਮਟ 'ਚ ਹੀ ਦਿਓ। ਆਪਾਂ ਤਾਂ ਅਨਿਕਾ ਸਮਾਨ ਲੈਣ ਜਾਣਾ ਬਸ, ਮੰਮੀ ਨੇ ਪੈਸੇ ਦਿੱਤੇ ਆ, ਕਹਿੰਦੇ ਤੁਸੀਂ ਸਮਾਨ ਲੈ ਆਇਓ ਜਾ ਕੇ ਤੇ ਭੈਣ ਵੱਲ ਵੀ ਤੁਸੀਂ ਜਾ ਆਇਓ, ਉਹਨਾਂ ਨੇ ਤਾਂ ਮੇਰੀ ਇੱਜ਼ਤ ਵਧਾਈ ਹੈ ਭੈਣ ਸਾਹਮਣੇ। ਤੈਨੂੰ ਤਾਂ ਅਨਿਕਾ ਟੈਨਸ਼ਨ ਇੰਨੀ ਹੋ ਗਈ ਜਿਵੇਂ ਸਾਰੇ ਪੈਸੇ ਮੈਂ ਹੀ ਦੇਣੇ ਹੋਣ, ਅਗਰ ਇਹ ਪੈਸੇ ਮੈਂ ਵੀ ਲਾਉਂਦਾ ਹੋਵਾਂ ਪਰ ਇਹਦੇ ਵਿੱਚ ਕੋਈ ਡਰ ਨਹੀਂ ਹੈਗਾ, ਤੇਰੇ ਘਰ ਦੇ ਵੀ ਕਹਿੰਦੇ ਹੀ ਹੈ ਕਿ ਕੁੜੀਆਂ ਨੂੰ ਦਿੱਤਾ ਘੱਟਦਾ ਨਹੀਂ ਹੁੰਦਾ ਸਗੋਂ ਵੱਧਦਾ ਹੀ ਹੁੰਦਾ। ਮੈਂ ਤਾਂ ਮੰਮੀ ਨੂੰ ਕਹਿੰਦਾ ਪਿਆ ਸੀਗਾ ਤੁਸੀਂ ਐਵੇਂ ਟੈਨਸ਼ਨ ਨਾ ਪਾਓ, ਮੈਂ ਆਪਣੇ ਆਪ ਜਾ ਕੇ ਭੈਣ ਨੂੰ ਦੇ ਆਊਂਗਾ, ਉਹ ਕਹਿੰਦੇ ਨਹੀਂ ਜਦ ਤੱਕ ਆਪਾਂ ਬੈਠੇ ਹਾਂ ਨਾ ਆਪਾਂ ਸਾਰਾ ਖਰਚਾ ਕਰਾਂਗੇ, ਤੂੰ ਆਪਣੀ ਬੋਝ ਨਾ ਪਾਇਆ ਕਰ ਇੱਦਾਂ ਦੇ, ਜਿੱਦਾਂ ਤੇਰਾ ਸੁਭਾਅ ਨਾ
ਮੈਨੂੰ ਤਾਂ ਐਦਾਂ ਲੱਗਣ ਲੱਗ ਗਿਆ ਤੂੰ ਮੇਰੀ ਭੈਣ ਨਾ ਮਿਲ ਵਰਤਣ ਵੀ ਨਹੀਂ ਦੇਣਾ ਮਾਂ ਪਿਓ ਤੋਂ ਬਾਅਦ। ਉਹ ਮੈਂ ਕਿਹੜਾ ਕਦੀ ਮਨਾ ਕੀਤਾ, ਤੁਸੀਂ ਤਿਉਹਾਰ ਦਵੋ ਜਾਂ ਨਾ ਦਵੋ, ਮੈਂ ਤਾਂ ਕਦੀ ਕੁਛ ਕਿਹਾ ਹੀ ਨਹੀਂ ਹੈਗਾ। ਉਹ ਤੂੰ ਤਾਂ ਘੰਟਾ ਪਹਿਲਾਂ ਇੰਨੀ ਖੁਸ਼ ਸੀਗੀ, ਫੁੱਲ ਹੀ ਨਹੀਂ ਸਮਾਉਂਦੀ ਪਈ ਸੀ ਕਿ ਮੇਰੇ ਮਾਂ ਪਿਓ ਨੇ ਆਹ ਦਿੱਤਾ, ਮੇਰੇ ਮਾਂ ਪਿਓ ਨੇ ਆਹ ਦਿੱਤਾ, ਮੇਰੇ ਚਾਚੇ ਨੇ ਆਹ ਦਿੱਤਾ, ਮੇਰੇ ਤਾਏ ਨੇ ਆਹ ਦਿੱਤਾ। ਹੁਣ ਜਦੋਂ ਮੇਰੀ ਭੈਣ ਦੀ ਵਾਰੀ ਆਈ ਤੇਰਾ ਮੂੰਹ ਇੰਨਾ ਹੋ ਗਿਆ। ਉਹ ਤੂੰ ਨਹੀਂ ਚਾਹੁੰਦੀ ਜਿੰਨੀ ਖੁਸ਼ ਤੂੰ ਸੀਗੀ ਉਨੀ ਖੁਸ਼ ਮੇਰੀ ਭੈਣ ਵੀ ਹੋਵੇ। ਅਨਿਕਾ ਕੋਈ ਲੈਣ ਦੇਣ ਦਾ ਭੁੱਖਾ ਨਹੀਂ ਹੁੰਦਾ ਹੈਗਾ, ਨਾ ਉਹਦੇ ਸਹੁਰੇ ਲਾਲਚੀ ਹੈ, ਇਹ ਤਾਂ ਇੱਕ ਫਰਜ਼ ਹੁੰਦਾ ਹੈ, ਚਾਹੇ ਹੱਸ ਕੇ ਪੂਰਾ ਕਰੀਏ ਚਾਹੇ ਰੋ ਕੇ। ਉਹ ਆਪਣੇ ਵਿਆਹ ਨੂੰ ਹਲੇ 5 ਸਾਲ ਹੋਏ ਆ, ਤੇਰੇ ਮਾਂ ਪਿਓ ਵੀ ਦਿੰਦੇ ਹੀ ਆ ਸਾਨੂੰ, ਤੇਰੇ ਤਾਏ ਤਾਏ ਵੀ ਦਿੰਦੇ ਆ, ਮੇਰੀ ਭੈਣ ਦੇ ਵਿਆਹ ਨੂੰ 2 ਸਾਲ ਹੋਏ ਆ, ਤੂੰ ਹੁਣ ਹੀ ਅੱਕ ਗਈ। ਉਹ ਮੈਨੂੰ ਨਾ ਤੇਰੀ ਆਹ ਗੱਲ ਸੁਣ ਕੇ ਬਹੁਤ ਦੁੱਖ ਲੱਗਾ, ਸ਼ੁਕਰ ਮੇਰੀ ਮਾਂ ਨੀ ਬੈਠੀ ਸੀ, ਉਹਦੀ ਤਾਂ ਧੀ ਸੀ, ਉਹਨੂੰ ਕਿੰਨਾ ਦੁੱਖ ਲੱਗਣਾ ਸੀ, ਘਰ ਚ ਕਲੇਸ਼ ਪੈਣਾ ਸੀਗਾ ਉਹ ਅਲੱਗ। ਸੋਰੀ ਮੈਂ ਕਿੱਦਾਂ ਭੁੱਲ ਗਈ ਕਿ ਮੈਂ ਵੀ ਕਿਸੇ ਦੀ ਧੀ ਆ, ਤੇ ਮੈਨੂੰ ਕਿਸੇ ਦੀ ਧੀ ਦਾ ਏਦਾਂ ਦਿਲ ਨਹੀਂ ਦੁਖਾਉਣਾ ਚਾਹੀਦਾ। ਹੁਣ ਤਾਂ ਤੂੰ ਆਪਣੇ ਕੰਨ ਖੋਲ ਕੇ ਗੱਲ ਸੁਣ ਲੈ, ਚਾਹੇ ਪੈਸੇ ਮੈਂ ਲਾਵਾਂ ਚਾਹੇ ਮੇਰੇ ਮਾਂ ਪਿਓ ਲਾਣ, ਆਪਾਂ ਚਾਹੇ ਥੋੜਾ ਦਈਏ ਚਾਹੇ ਬਹੁਤਾ ਦਈਏ, ਤੇਰੇ ਮੱਥੇ ਤੀੜੀ ਨਹੀਂ ਪੈਣੀ ਚਾਹੀਦੀ, ਦੇਣ ਵਾਲਾ ਤਾਂ ਭਗਵਾਨ ਹੈ ਤੇ ਆਪਾਂ ਕਿਉਂ ਹੱਥ ਪਿੱਛੇ ਕਰਨਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਨਮਸਤੇ, ਹੋਰ ਤੁਸੀਂ ਸਾਰੇ ਕਿਵੇਂ ਹੋ? ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੀ ਹੋਵੋਗੇ। ਜਿਹੜੀ ਅਸੀਂ ਵੀਡੀਓ ਬਣਾਈ ਆ ਉਹ ਸਾਡੇ ਵੱਲੋਂ ਇੱਕ ਛੋਟਾ ਜਿਹਾ ਮੈਸੇਜ ਸੀ, ਵੀਡੀਓ ਵਧੀਆ ਲੱਗੀ ਹੋਵੇ ਉਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ, ਤੇ ਕੋਈ ਵੀ ਭਰਜਾਈ ਆਪਣੀ ਨਨਾਣ ਨੂੰ ਮੱਥੇ ਵੱਟ ਪਾ ਕੇ ਕੋਈ ਵੀ ਦਿਨ ਤਿਉਹਾਰ ਨਾ ਦੇਵੇ, ਕਿਉਂਕਿ ਹਰ ਧੀ ਨੂੰ ਆਪਣੇ ਪੇਰੈਂਟਸ ਤੋਂ ਆਸ ਹੁੰਦੀ ਆ, ਤੇ ਜਦੋਂ ਪੇਰੈਂਟਸ ਇਸ ਦੁਨੀਆਂ ਤੋਂ ਚਲੇ ਜਾਂਦੇ ਆ ਤੇ ਬਾਅਦ ਚੋਂ ਧੀ ਨੂੰ ਪੁੱਛਣ ਵਾਲਾ ਸਿਰਫ ਭਰਾ ਤੇ ਭਰਜਾਈ ਹੁੰਦੇ ਆ। ਅਗਰ ਆਪਾਂ ਆਪਣੇ ਘਰ 'ਚ ਲੜਾਈ ਪਾ ਕੇ ਆਪਣੀ ਭੈਣ ਦੇ ਘਰੇ ਦਿਨ ਤਿਉਹਾਰ ਦੇਣ ਜਾਂਦੇ ਹਾਂ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ, ਇਸ ਲਈ ਖੁਸ਼ੀ ਖੁਸ਼ੀ ਆਪਣੀ ਭੈਣ ਨੂੰ ਤਿਉਹਾਰ ਦੇਣ ਜਾਓ, ਤੇ ਇੱਦਾਂ ਹੀ ਪਿਆਰ ਬਣਾਈ ਰੱਖੋ, ਸਾਡੀ ਵੀਡੀਓ ਨੂੰ ਪਿਆਰ ਜ਼ਰੂਰ ਦਿਓ, ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ।